ਤਸਵੀਰਾਂ ਇਸ ਵਕਤ ਅਸੀਂ ਤੁਹਾਨੂੰ ਰਾਜਪੁਰਾ ਪਟਿਆਲਾ ਹਾਈਵੇ ਦੀਆਂ ਦਿਖਾ ਰਹੇ ਹਾਂ ਤੇ ਮਾਈਲਸਟੋਨ ਦੇ ਉੱਤੇ ਲਿਖਿਆ ਹੋਇਆ ਕਿ ਪਟਿਆਲਾ ਜਿਹੜਾ ਉਹ ਇੱਥੋਂ 21 ਕਿਲੋਮੀਟਰ ਦੇ ਰਸਤੇ ਦੇ ਉੱਤੇ ਹੈ, ਜਿੱਥੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੇ ਲਈ ਪ੍ਰਚਾਰ ਕਰਨ ਪਹੁੰਚ ਰਹੇ ਨੇ। ਭਾਜਪਾ ਦੀ ਉਮੀਦਵਾਰ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਦਾ ਪ੍ਰਚਾਰ ਕਰਨ ਪਹੁੰਚ ਰਹੇ ਨੇ। ਉੱਥੇ ਦੂਜੇ ਪਾਸੇ ਕਿਸਾਨ ਵੀ ਤਿਆਰ ਖੜਾ, ਔਰ ਕਿਸਾਨ ਦਾ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਵੱਡਾ ਜੱਥਾ ਜਿਹੜਾ ਉਹ ਸ਼ੰਭੂ ਬਾਰਡਰ ਤੋਂ ਤੁਰ ਕੇ ਪਟਿਆਲੇ ਵੱਲ ਨੂੰ ਕੂਚ ਕਰ ਰਿਹਾ। ਹਾਲਾਂਕਿ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਧਰੇੜੀ ਜੱਟਾਂ ਦੇ ਉੱਤੇ ਭਾਰੀ ਫੋਰਸ ਜਿਹੜੀ ਹੈ ਉਹ ਲੱਗ ਚੁੱਕੀ ਹੋਈ ਹੈ, ਔਰ ਕਿਤੇ ਨਾ ਕਿਤੇ ਇਹਨਾਂ ਨੂੰ ਉੱਥੇ ਰੋਕਿਆ ਜਾ ਸਕਦਾ। ਪਰ ਉਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸਾਨ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਹੋਏ ਨੇ, ਔਰ ਕਿਸਾਨ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ 'ਚ ਇੱਥੇ ਜਿਹੜਾ ਹੈ ਕਾਫਲਾ ਇੱਥੇ ਪਹੁੰਚ ਗਿਆ। ਸਰਵਨ ਸਿੰਘ ਪਧੇਰ ਇੱਥੇ ਪਹੁੰਚ ਗਏ ਨੇ, ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪਧੇਰ ਸਾਹਿਬ ਕਿੱਦਾਂ ਦੇਖੀਏ ਅੱਜ ਮੋਦੀ ਸਾਹਿਬ ਪਟਿਆਲੇ ਪਹੁੰਚ ਰਹੇ ਨੇ, ਔਰ ਤੁਹਾਡੇ ਵੱਲੋਂ ਸ਼ੰਭੂ ਤੋਂ ਕੂਚ ਕਰਕੇ ਪਟਿਆਲੇ ਜਾਇਆ ਜਾ ਰਿਹਾ? ਹਾਂਜੀ, ਅਸੀਂ ਸਵਾਲ ਕਰਨ ਜਾ ਰਹੇ ਹਾਂ ਜੀ ਕਾਫਲਾ ਬਣਾ ਕੇ। ਸਾਡੀ ਮੰਗ ਹੈ ਪ੍ਰਧਾਨ ਮੰਤਰੀ ਸਾਡੇ ਸਵਾਲਾਂ ਦਾ ਜਵਾਬ ਕਰ ਦੇ ਦੇਣ, ਅਸੀਂ ਵਿਰੋਧ ਵੀ ਨਹੀਂ ਕਰਾਂਗੇ, ਸਾਡਾ ਹੋਰ ਕੋਈ ਕੰਮ ਨਹੀਂ ਹੈਗਾ, ਇਹ ਹੱਕ ਹੈ ਜਮਹੂਰੀਅਤ ਦੇ ਵਿੱਚ। ਜਿਸ ਤਰੀਕੇ ਦੇ ਨਾਲ ਲਗਾਤਾਰ ਲੰਬੇ ਸਮੇਂ ਤੋਂ ਖਨੌਰੀ ਬਾਰਡਰ ਤੇ ਕਿਸਾਨ ਬੈਠੇ ਹੋਏ ਆ, ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਹੋਏ ਆ, 13 ਮਹੀਨੇ ਸਿੰਘੂ ਬਾਰਡਰ ਦੇ ਉੱਤੇ ਵੀ ਲਗਾ ਲਏ ਗਏ, ਮੰਗਾਂ ਨਹੀਂ ਮੰਨੀਆਂ ਗਈਆਂ ਸੀਗਾ, ਜਵਾਬ ਤਾਂ ਉਸ ਵੇਲੇ ਵੀ ਮੰਗਿਆ ਜਾ ਰਿਹਾ ਸੀਗਾ। ਹਾਂ ਦੇਖੋ, ਉਹੀ ਜਵਾਬ ਮੰਗਣੇ ਆ, ਹਾਈਵੇ ਤੇ ਕੰਧਾਂ ਕੋ ਕੱਢੀਆਂ ਹੈਗੀਆਂ, ਸਾਡੇ ਸ਼ਹੀਦ ਸੁਭਕਰ ਨੂੰ ਸ਼ਹੀਦ ਕੋ ਕੀਤਾ ਹੈਗਾ, ਸਾਡੇ ਤੇ ਇਹਨਾਂ ਜਬਰ ਕੋ ਕੀਤਾ ਹੈਗਾ, ਸਾਡੀ MSP ਗਰੰਟੀ ਕਾਨੂੰਨ, ਕਰਜ਼ਾ ਮਾਫੀ, ਭਾਰਤ WTO ਤੋਂ ਬਾਹਰ ਆਵੇ, ਮੰਗਾਂ ਕਿਉਂ ਨਹੀਂ ਮੰਗੀਆਂ ਗਈਆਂ, ਇਹ ਸਵਾਲ ਹੀ ਸੀਗੇ ਸਾਡੇ। ਕਿੰਨੇ ਕੁ ਕਿਸਾਨ ਜਿਹੜੇ ਅੱਜ ਜੱਥਾ ਬਣਾ ਕੇ ਇਸ ਵਕਤ ਉਧਰ ਨੂੰ ਜਾ ਰਹੇ ਨੇ, ਕਿੰਨੇ ਕੁ ਲੋਕ ਨੇ, ਔਰ ਬਾਕੀ ਸਾਰੀ ਉਹੀ ਜਥੇਬੰਦੀਆਂ ਨੇ ਜੋ ਕਿ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਮੌਜੂਦ ਸੀਗੇ? ਹਾਂ, ਬਲਕਿ ਸਾਡੇ ਨਾਲ ਤੇ ਇਹੀ ਨੇ, ਤੁਸੀਂ ਦੇਖ ਸਕਦੇ ਹੋ ਕਾਫਲਾ ਜਿੱਡਾ ਵੱਡਾ ਹੈਗਾ, ਮਗਰ ਹਜ਼ਾਰਾਂ ਕਿਸਾਨ ਜਾ ਰਹੇ। ਠੀਕ ਹੈ, ਤੇ ਜੇਕਰ ਅੱਗੇ ਤੁਹਾਨੂੰ ਜਾਣ ਨਹੀਂ ਦਿੱਤਾ ਜਾਏਗਾ ਫਿਰ ਕਿਸ ਤਰੀਕੇ ਨਾਲ ਐਕਸ਼ਨ ਹੋਏਗਾ, ਕਿਉਂਕਿ ਖਬਰ ਇਹ ਵੀ ਸਾਹਮਣੇ ਆ ਰਹੀ ਕਿ ਧਰੇੜੀ ਜੱਟਾਂ ਦੇ ਉੱਤੇ ਜਿਹੜਾ ਕਿਹਾ ਜਾ ਰਿਹਾ ਹੈ ਕਿ ਉੱਥੇ ਭਾਰੀ ਫੋਰਸ ਲਗਾ ਦਿੱਤੀ ਗਈ ਹੈ? ਦੇਖੋ, ਬਣਦਾ ਨਹੀਂ ਹੈਗਾ, ਆਪਾਂ ਤਾਂ ਸਵਾਲ ਜਵਾਬ ਕਰਨੇ, ਸਾਡਾ ਤਾਂ ਵਾਜਬ ਹੱਕ ਹੈ ਸਰਕਾਰ ਦਾ ਟੱਕਣਾ, ਫਿਰ ਵੀ ਮੌਕੇ ਤੇ ਸਾਰੀ ਟੀਮ ਦੇਖੂਗੀ ਕੀ ਕਰਨਾ ਹੈ। ਸੋ ਕਹਿ ਰਹੇ ਨੇ ਕਿ ਅਸੀਂ ਸਿਰਫ ਸਵਾਲਾਂ ਦੇ ਜਵਾਬ ਲੈਣ ਜਾ ਰਹੇ ਹਾਂ, ਔਰ ਕਿਸਾਨ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜਾ ਇਸ ਵਕਤ ਪਟਿਆਲੇ ਵੱਲੋਂ ਕੂਚ ਕਰ ਰਿਹਾ, ਔਰ ਸਿੱਧੇ ਤੌਰ ਦੇ ਉੱਤੇ ਕਿਹਾ ਜਾ ਰਿਹਾ ਕਿ ਸਿਰਫ ਸਵਾਲਾਂ ਦੇ ਜਵਾਬ, ਜਿਹੜੀਆਂ ਮੰਗਾਂ ਲੰਬੇ ਸਮੇਂ ਤੋਂ ਮੰਗੀਆਂ ਜਾ ਰਹੀਆਂ ਨੇ, ਜਿਹੜੀਆਂ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਗਈਆਂ ਨੇ, ਉਹਨਾਂ ਦਾ ਜਵਾਬ ਲੈ ਲਈ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੂਹਰੇ ਇਹ ਕਿਸਾਨ ਜਿਹੜੀ ਜਥੇਬੰਦੀਆਂ ਨੇ ਉਹ ਜਾ ਰਹੀਆਂ ਨੇ। ਕੈਮਰਾ ਪਰਸਨ ਰਵਿੰਦਰ ਦੇ ਨਾਲ ਸੈਂਦਰ ਰੂਰਲ ਲਿਵਿੰਗ ਇੰਡੀਆ ਨਿਊਜ਼, ਰਾਜਪੁਰਾ ਪਟਿਆਲਾ ਹਾਈਵੇ।